ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਸਮਾਂ ਹੈ ਜੀ ਹੁਣ ਤੁਹਾਡੀ ਕਾਲਸ ਲੈਣ ਦਾ, ਔਰ ਲੈ ਵੀ ਰਹੇ ਹਾਂ ਔਰ ਤੁਹਾਡੇ ਪ੍ਰਤੀਕਰਮ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ ਸਤਿ ਸ਼੍ਰੀ ਅਕਾਲ ਜੀ? ਜੀ ਕੀ ਕਹਿਣਾ ਚਾਹੋਗੇ ਤੁਹਾਨੂੰ ਦੋਹਾਂ ਨੂੰ? ਜੀ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ। ਗੱਲ ਇਸ ਤਰ੍ਹਾਂ ਹੈ ਜੀ ਕਿ ਹੁਣ ਤਾਂ ਇਹਨਾਂ ਨੂੰ ਅੱਜ ਹੀ ਬੜੀ ਛੇਤੀ ਚੇਤਾ ਆ ਗਿਆ, ਹਾਲੇ ਤਾਂ 12 ਤਰੀਕ ਨੂੰ ਤਾਂ ਅੱਜ 2 ਦਿਨ ਹੀ ਉੱਤੇ ਹੋਏ ਆ ਜੀ। 2020 ਦਿਸ ਕੇ ਹੀ ਫਰਕ ਪੈ ਗਿਆ, ਪਹਿਲਾਂ ਕਿੱਥੇ ਗਏ ਉਸੇ ਜੀ 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 ਤੇ ਜੇ ਤੁਸੀਂ ਬਾਦਲਾਂ ਵਾਲੇ ਸੋਚੋ ਤੇ ਸੁਖਬੀਰ ਦਾ ਬਈ ਗੇਨ ਕੀ ਲੈਣਾ, ਜਿਹਨੂੰ ਇਹ ਹੀ ਨੀ ਪਤਾ ਵੀ ਮੇਰੇ ਬਾਪ ਆ ਰਹੇਗਾ ਕਿ ਬਾਪ ਆ ਉਹ 15 ਸਾਲਾਂ ਦੇ ਵਿੱਚ ਉਹਨਾਂ ਨੇ ਇੱਥੇ ਰਾਜ ਕੀਤਾ 84 ਤੋਂ ਬਾਅਦ, ਉਹਨਾਂ ਕੋਲੋਂ ਕੀ ਆਸ ਰੱਖਦੇ? ਉਹ ਤਾਂ ਕੀ ਗੇਨ ਲੈਣਾ, ਉਹ ਤਾਂ ਬੋਲਦੇ ਨੀ, ਉਹ ਤਾਂ ਸਿਰਫ ਉਹਨਾਂ ਨੂੰ ਤਾਂ ਸਿਰਫ ਸੀਟ ਚਾਹੀਦੀ ਹਲੇ ਉੱਥੇ ਮਿਲ ਜਾਂਦੀ ਤੇ ਸੀਟ ਤਾਂ ਉਸ ਵੇਲੇ ਉਹਨਾਂ ਕੋਈ ਮੁੱਦਾ ਹੀ ਨੀ ਹੁੰਦਾ ਇਹ ਚੀਜ਼ ਦਾ। ਪਹਿਲੇ ਹੁਣ ਥੱਲੇ ਲੱਗੇ ਪਏ ਆ ਤਾਂ ਹੀ ਕੁਛ ਨੀ, ਪੱਲੇ ਤਾਂ ਉਸ ਵੇਲੇ ਉਹ ਹੁਣ ਲੱਭਦੇ ਫਿਰਦੇ ਵੀ ਹਾਂ ਸਾਨੂੰ ਇਸ ਹਿਸਾਬ ਨਾਲ ਮਾੜਾ ਮੋਟਾ ਲੈ ਲਈਏ। ਉਹਨਾਂ ਨੇ ਕੀ ਕਰਨਾ, ਉਹ ਤਾਂ ਚਮਚੇ ਆ ਜੀ। ਉਹ ਕੌਣ ਬੋਲਦੀ ਹੈ? ਸਿਮਰਨ ਕੌਰ ਕੋਈ ਬੋਲੀ ਹੈ ਕਿਸੇ ਮੁੱਦੇ ਦੇ ਬਾਰੇ, ਪੰਜਾਬ ਦੇ ਬਾਰੇ? ਕਦੀ ਵੀ ਨੀ, ਸਹੀ ਗੱਲ ਹੈ ਜੀ, ਬੋਲਦੀ ਨੀ ਜੀ ਜੀ। ਤੇ ਜਿਹੜੇ ਉਹ ਗੁੰਗੇ ਬਿਠਾ ਲਏ ਉਹ ਰਾਜ ਸਭਾ ਚ ਭੂੰਦੜ ਦਾ ਦੂਸਰਾ ਕੀ ਬੋਲਦੇ ਆ, ਕਦੀ ਦੂਸਰੇ ਚੰਦੂ ਮਾਜਰਾ ਨੇ ਵੀ ਕੀ ਬੋਲਿਆ ਆਪਣੇ ਹੱਕ ਚ? ਕਦੀ ਵੀ ਨੀ, ਸਿਰਫ ਉਹ ਹੀ ਆ ਵੀ ਜਿੰਨਾ ਕਿ ਇਹਨਾਂ ਨੂੰ ਫਾਇਦਾ ਹੁੰਦੀ ਦਾ ਉਹਨਾਂ ਕੋ ਬੋਲਦੇ ਆ, ਉਹ ਬੋਲਦੇ ਹੀ ਨੀ ਕੋਈ ਵੀ ਜੀ। ਇਹ 2020 ਦਾ ਹੀ ਅਸਰ ਹੈ ਜੀ, ਇਹ ਤੁਸੀਂ ਮੰਨ ਲਓ ਚਾਹੇ ਨਾ ਮੰਨ। ਬਹੁਤ ਬਹੁਤ ਧੰਨਵਾਦ ਜੀ। ਮੈਂ ਇੱਕ ਗੱਲ ਜ਼ਰੂਰ ਜਾਣਨਾ ਚਾਹੁੰਦਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਜੇਕਰ ਗੱਲ ਕਰੀਏ, ਉਹ ਆਪਣੇ ਆਪ ਨੂੰ ਸਿੱਖ ਮਸਲਿਆਂ ਦੇ ਉੱਤੇ ਅਸੀਂ ਪਹਿਰਾ ਦਿੰਦੇ ਹਾਂ, ਅਸੀਂ ਸਿੱਖੀ ਮਸਲਿਆਂ ਨੂੰ ਜਾਣਦੇ ਹਾਂ, ਅਸੀਂ ਸੈਂਟੀਮੈਂਟਸ ਨੂੰ ਜਾਣਦੇ ਹਾਂ ਸਿੱਖਾਂ ਦੇ, ਕਿ ਇਹ ਸੈਂਟੀਮੈਂਟਸ ਨੂੰ ਜਾਣ ਕੇ ਕਿ ਇਹ ਜਿਹੜੇ ਮਸਲੇ ਨੇ ਉਹਨਾਂ ਦੇ ਉੱਤੇ ਗੱਲ ਕਰਦੇ ਨੇ ਕਿ ਅਸੀਂ ਜੋ ਕੰਮ ਕੀਤਾ ਹੈ ਸਿੱਖਾਂ ਦੇ ਲਈ ਠੋਕ ਕੇ ਕੀਤਾ। ਦੇਖੋ ਜਿਸ ਤਰ੍ਹਾਂ ਮੈਂ ਪਹਿਲਾਂ ਗੱਲ ਕੀਤੀ, ਫਿਰ ਕਿਉਂ ਅੱਜ ਇਹ ਵੇਖਣ ਨੂੰ ਮਿਲਦਾ ਹੈ ਸ਼੍ਰੋਮਣੀ ਅਕਾਲੀ ਦਲ ਦਾ ਸਟੈਂਡ ਕਿਉਂ ਨਹੀਂ ਕਲੀਅਰ ਹੁੰਦਾ ਇਹਨਾਂ ਮੁੱਦਿਆਂ ਦੇ ਉੱਤੇ? ਦੇਖੋ ਹਰ ਪਾਰਟੀ ਦਾ ਆਪਣਾ ਇੱਕ ਉਹ ਤਰੀਕਾ ਹੈ, ਹਰ ਪਾਰਟੀ ਦਾ ਆਪਣਾ ਇੱਕ ਪੋਲੀਟੀਕਲ ਏਜੰਡਾ ਹੈ, ਹਰ ਇੱਕ ਨੇ ਸਿਆਸੀ ਲਾਹੇਬੰਦੀ ਲੈਣੀ ਹੈ। ਜੀ ਕਾਂਗਰਸ ਦਾ ਅਲੱਗ ਸਿਸਟਮ ਹੈ, ਉਹਨਾਂ ਨੇ ਇਸ ਸਿਸਟਮ ਇਹਨੂੰ ਇਸ ਟੋਪਿਕ ਨੂੰ ਕਿਸ ਤਰ੍ਹਾਂ ਐਕਸਪਲੋਇਟ ਕੀਤਾ। ਹੁਣ ਐਵੇਂ ਕਿ ਹੁਣ ਅਗਰ ਫਾਸਟ ਟਰੈਕ ਕੋਰਟ ਤੱਕ ਆ ਗਿਆ ਤਾਂ ਤੁਹਾਨੂੰ ਦੱਸਿਆ ਜਿਸ ਤਰ੍ਹਾਂ ਕਿ ਹੁਣ ਕਈ ਸਿੱਖ ਜਥੇਬੰਦੀਆਂ, ਕਈ ਸਿੱਖ ਪੋਲੀਟੀਕਲ ਪਾਰਟੀਆਂ ਜਿਹੜੀਆਂ ਦੂਜੀਆਂ ਨੇ, ਉਹ ਸਾਰੇ ਆਪਣੇ ਆਪਣਾ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕਰਨਗੇ, ਜਸਟ ਸੇਕ ਫੋਰ ਦੀ ਚੇਅਰ ਇੱਕ ਕੁਰਸੀ ਦੇ ਲਈ। ਇਹ ਚੱਕਰ ਹੈ, ਮੈਂ ਤੁਹਾਨੂੰ ਦੱਸਾਂ ਕਿ ਇਸ ਮੁੱਦੇ ਦਾ, ਇਸ ਮਸਲੇ ਦਾ ਅਸਰ ਹਰ ਪਾਰਟੀ ਨੇ ਇਲੈਕਸ਼ਨਾਂ ਦੇ ਟਾਈਮ ਕੀਤਾ। ਹੁਣ ਵੀ ਜਿਹੜਾ ਸਾਡੇ ਦਰਸ਼ਕ ਵੀ ਫੋਨ ਕਰਕੇ ਪੁੱਛ ਰਹੇ ਨੇ ਐਗਜੈਕਟਲੀ ਕਨਫਿਊਜ਼ਨ ਕਿਉਂ ਹੋ ਰਿਹਾ ਟਾਈਮਿੰਗ 'ਤੇ, ਵਾਈ ਨਾਓ, ਇਹ ਹੁਣ ਕਿਉਂ ਹੋ ਰਿਹਾ 2019 ਨੂੰ ਦੇਖ ਕੇ, ਜਾਂ ਬੀਜੇਪੀ ਨੂੰ ਇਹ ਲੱਗਦਾ ਹੋਏਗਾ ਕਿ ਅਸੀਂ 4 ਸਾਲ ਤਾਂ ਕੱਢ ਦਿੱਤੇ, ਅਸੀਂ ਕੁਛ ਕੀਤਾ ਨਹੀਂ, ਚਲੋ ਚੱਲਦੇ ਚੱਲਦੇ ਕੁਛ ਕਰ ਦਈਏ, ਇਹ ਸਹੀ ਜਗ੍ਹਾ। ਪਰ ਇੱਕ ਚੀਜ਼ ਹੈ ਕਿ ਲੀਗਲ ਟੈਂਗਲਸ, ਲੀਗਲ ਜਿਹੜਾ ਲੂਪ ਹੋਲਸ ਹੈ, ਲੀਗਲ ਜਿਹੜੀ ਲੜਾਈ ਹੈ, ਉਹਦੇ ਵਿੱਚ ਮਾਮਲਾ ਪੂਰਾ ਫਸਿਆ। ਹੁਣ ਜਿਵੇਂ ਮਨਜੀਤ ਸਿੰਘ ਜੀ ਕੇ ਕਹਿੰਦੇ ਆ, ਇਹਨਾਂ ਨੇ ਪਹਿਲਾਂ CDI, ਕਿਸੇ ਨੇ CD ਭੇਜੀ, ਜਗਦੀਸ਼ ਟਾਈਟਲਰ ਦਾ ਨਾਮ ਆਇਆ, ਜਗਦੀਸ਼ ਟਾਈਟਲਰ ਨੇ ਉਹ CD ਦੇ ਖਿਲਾਫ ਚੈਲੰਜ ਕਰ ਦਿੱਤਾ, ਹੁਣ ਉਲਟਾ ਇਹਨਾਂ 'ਤੇ FIR ਕਰਾਤੀ, ਹੁਣ ਇਹ FIR ਨੂੰ ਚੈਲੰਜ ਕਰਨਗੇ, ਇਹ ਕਹਿਣਗੇ ਮੈਂ ਜ਼ਮਾਨਤ ਨਹੀਂ ਕਰਾਉਣੀ, ਅਤੇ ਇਹ ਕੀ ਹੈ ਸਾਰਾ ਇੱਧਰ ਘੁੰਮਣ ਘੇਰੀਆਂ 'ਚ ਪਾਇਆ ਕੇਸ, ਨਤੀਜਾ ਤਾਂ ਨਿਕਲਣਾ ਨਹੀਂ, ਜਿਹਨਾਂ ਨੂੰ ਇਨਸਾਫ ਚਾਹੀਦਾ ਉਹ ਤਾਂ ਇਨਸਾਫ ਇੰਤਜ਼ਾਰ ਕਰਦੇ ਰਹਿਣਗੇ, ਇਹ ਸਾਰੀਆਂ ਚੀਜ਼ਾਂ ਇਹਨਾਂ ਚੀਜ਼ਾਂ 'ਚ ਘੁੰਮਦੀਆਂ ਰਹਿਣਗੀਆਂ, ਵੀ ਇਹਨੇ ਕੇਸ ਕਰਤਾ, ਉਹਨੇ FIR ਕਰਤੀ, ਉਹਨੇ CD ਬਣਾਤੀ, ਫਿਰ ਉਹਨਾਂ ਦੇ ਵਕੀਲ ਲੜਨਗੇ, ਫਿਰ ਉਹਨਾਂ ਦੇ ਵਕੀਲ ਲੜਨਗੇ। ਐਜ਼ ਅ ਪੋਲੀਟੀਕਲ ਐਂਗਲ ਅਗਰ ਅਸੀਂ ਸਿਨੈਰੀਓ ਨੂੰ ਵੇਖੀਏ, ਹੁਣ 2019 ਦੇ ਵਿੱਚ ਲੋਕ ਸਭਾ ਦੀ ਚੋਣਾਂ ਹੈਗੀਆਂ ਆਉਣ ਵਾਲੇ ਸਮੇਂ ਦੇ ਵਿੱਚ, ਅਤੇ ਜੇਕਰ ਅਸੀਂ ਹੁਣ ਥੋੜ੍ਹਾ ਜਿਹਾ ਐਨਾਲਿਸਿਸ ਕਰੀਏ ਕਿ ਕੀ ਆਪਣਾ ਫਾਇਦਾ ਸਿੱਖ ਡਾਇਸਪੋਰਾ ਨੂੰ ਦਿਖਾਉਣ ਦੇ ਲਈ, ਕਿ ਹਾਂ ਦੇਖੋ ਅਸੀਂ ਆਪਣੀ ਗੱਲ 'ਤੇ ਵਚਨਬੰਧ ਹੈਗੇ ਹਾਂ, ਕੀ ਫੈਸਲਾ ਕੁਝ ਹੋ ਸਕਦਾ? ਗਵਰਨਮੈਂਟ ਦੇ ਕੋਲ ਇੱਕ ਲਾਸਟ ਚਾਂਸ ਹੈ, ਲੈਟਸ ਸੇ ਦਿਸ, ਕਿ ਅਗਰ ਉਹ ਵਾਕਈ ਸਿੱਖ ਕਮਿਊਨਿਟੀ ਨੂੰ, ਸਿੱਖ ਭਾਈਚਾਰੇ ਨੂੰ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਜੋ ਵਾਅਦਾ ਪੂਰਾ ਕੀਤਾ ਸੀਗਾ, ਵੈਸੇ ਤਾਂ ਮੋਦੀ ਸਰਕਾਰ ਨੇ ਕਈ ਸਾਰੇ ਵਾਅਦੇ ਜਿਹੜੇ ਨਹੀਂ ਪੂਰੇ ਕੀਤੇ, ਨਾ ਰਾਮ ਮੰਦਿਰ ਦਾ ਕੁਝ ਬਣਿਆ, ਨਾ ਗੰਗਾ ਸਾਫ਼ ਹੋਈ, ਨਾ ਹੋਰ ਕੋਈ ਚੀਜ਼ਾਂ ਹੋਈਆਂ, ਜੇ ਇਹ ਵਾਲਾ ਮਸਲਾ ਘੱਟ ਤੋਂ ਘੱਟ ਇੱਥੇ ਤਾਂ ਥੋੜ੍ਹਾ ਜਿਹਾ ਆਪਣਾ ਕ੍ਰੈਡਿਟ ਲੈ ਲੈਣ, ਕਿਤੇ ਤਾਂ ਖੜ੍ਹੇ ਹੋਣ, ਘੱਟ ਤੋਂ ਘੱਟ ਇਸ ਜਾਂਦੇ ਜਾਂਦੇ ਇਹ ਸਾਲ ਜਿਸ ਤਰ੍ਹਾਂ ਉਹਨਾਂ ਦੀ ਸਰਕਾਰ ਦਾ ਟਰਮ ਖਤਮ ਹੋ ਰਿਹਾ, ਲੋਕ ਸਭਾ ਚੁਣਾਵ ਆਉਣ ਵਾਲੇ ਨੇ, ਘੱਟ ਤੋਂ ਘੱਟ ਇਹ ਤਾਂ ਕੰਮ ਕਰ ਜਾਣ, ਕੁਛ ਨਾ ਕੁਛ ਜੁਡੀਸ਼ਰੀ ਇਹਦੇ 'ਚ ਆਵੇ, ਕਿ ਜਿੱਥੇ ਸਰਕਾਰ ਨੂੰ ਕੁਛ ਕਰਨਾ ਚਾਹੀਦਾ ਉੱਥੇ ਮੈਨੂੰ ਲੱਗਦਾ ਇਸ ਸੈਂਸਿਟਿਵ ਕੇਸ ਦੇ ਲਈ ਜੁਡੀਸ਼ਰੀ ਨੂੰ ਵੀ ਐਕਟਿਵ ਹੋਣਾ ਚਾਹੀਦਾ, ਸਾਡੇ ਜਿਹੜੇ ਮਾਨਯੋਗ ਜੱਜ ਨੇ, ਜਿਹੜੀ ਸਾਡੀ ਮਾਨਯੋਗ ਅਦਾਲਤਾਂ ਨੇ, ਦੇ ਸ਼ੁੱਡ ਆਲਸੋ ਗੈਟ ਐਕਟਿਵ ਇਨ ਦਿਸ, ਉਹਨਾਂ ਨੂੰ ਵੀ ਲੱਗੇ ਕਿ ਇਸ ਕੇਸ ਬੜਾ ਸੈਂਸਿਟਿਵ ਹੈ, ਬਹੁਤ ਲੰਬਾ ਖਿੱਚ ਗਿਆ, ਬਹੁਤ ਲੰਬੀ ਇਹਦੀ ਲੜਾਈ ਹੋ ਗਈ, ਲੈਟਸ ਇਹਦਾ ਫੈਸਲਾ ਛੇਤੀ ਕਰੀਏ, ਕਿਸੇ ਸਿਰੇ 'ਤੇ ਲਈਏ, ਕਿਸੇ ਇੱਕ ਜੱਜ ਨੂੰ ਸਾਹਮਣੇ ਆਉਣਾ ਪਏਗਾ, ਕਿਸੇ ਇੱਕ ਸਿਰੇ 'ਤੇ ਉਹ ਕਲਮ ਜਿਹੜੀ ਹੈ, ਇੱਕ ਕਲਮ ਤਾਂ ਜਿਹੜੀ ਹੈ ਉਹ ਇਮਾਨਦਾਰੀ ਦੀ ਕਲਮ, ਇੱਕ ਜੱਜ ਨੂੰ ਉਠਾਉਣੀ ਪਏਗੀ, ਜਿਸ ਤਰ੍ਹਾਂ ਸਰਕਾਰ ਨੂੰ ਵੀ ਐਕਟਿਵ ਹੋਣਾ ਪਏਗਾ, ਸਰਕਾਰ ਨੂੰ ਆਪਣੀ ਸਿਆਸੀ ਲਾਹੇਬੰਦੀ ਛੱਡਣੀ ਪਏਗੀ, ਉਹ ਜੁਡੀਸ਼ਰੀ ਨੂੰ ਐਕਟਿਵ ਹੋਣਾ ਪਏਗਾ। ਕਰੈਕਟ, ਮੈਂ ਵੇਖ ਪਾ ਰਿਹਾ ਜੀ ਕਾਫੀ ਸਾਰੇ ਕਾਲਰਸ ਮੈਨੂੰ ਕਾਲ ਕਰ ਰਹੇ ਨੇ ਇਸ ਮੁਤਲਕ ਆਪਣੇ ਪ੍ਰਤੀਕਰਮ ਦੇਣ ਦੇ ਲਈ, ਮੈਂ ਹੋਲਡ ਦੇ ਵਿੱਚ ਤੁਹਾਡੀ ਕਾਲ ਨੂੰ ਪਾਇਆ ਹੋਇਆ, ਮੈਂ ਨਿੱਕੇ ਜਿਹੇ ਵਕਫੇ ਲਈ ਰੁਕ ਰਿਹਾ ਔਰ ਵਕਫੇ ਤੋਂ ਬਾਅਦ ਜ਼ਰੂਰ ਲਵਾਂਗਾ ਤੁਹਾਡੀ ਕਾਲਸ।